ਚਲੋ ਮੈਂ 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 ਕੁਝ ਨਹੀਂ ਕਹਿੰਦਾ, ਮੇਰੇ ਨਿਓ ਰਵਨੀਤ ਸਿੰਘ ਬਿੱਟੂ ਚੜ੍ਹਦੀ ਕਲਾ 'ਚ ਰਵੇ, ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ, ਲੰਮੀਆਂ ਉਮਰਾਂ ਬਖਸ਼ੇ। ਸਰਦਾਰ ਬੇਅੰਤ ਸਿੰਘ ਦਾ ਪੋਤਾ, ਜਿਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਉਸੇ ਉਹਨਾਂ ਤੋਂ ਸਾਰੀਆਂ ਸਾਰਾ ਕੁਝ ਮਾਣਿਆ, ਉਹ ਮੈਨੂੰ ਕੁਝ ਸਵਾਲ ਨਾ ਕਰੇ, ਉਹ ਚੜ੍ਹਦੀ ਕਲਾ 'ਚ ਰਵੇ, ਉਹ ਜੋ ਕਹਿਣਾ ਉਹ ਕਵੇ। ਯਾਰ ਕੋਈ ਗੱਲ ਕਿਸੇ ਨੇ, ਮੈਨੂੰ ਲੱਗਦਾ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ। ਤੁਹਾਡਾ ਇੱਕ ਪਰਿਵਾਰ, ਤੁਸੀਂ ਇਕੱਲੇ ਤਾਂ ਸਰਦਾਰ ਬੇਅੰਤ ਸਿੰਘ ਦੇ ਪੋਤੇ ਦੇ ਨਹੀਂ ਹੋ, ਸਰਦਾਰ ਬੇਅੰਤ ਸਿੰਘ ਦਾ, ਬੇਅੰਤ ਸਿੰਘ ਦੇ ਬੇਟੇ ਸਰਦਾਰ ਤੇਜ ਪ੍ਰਕਾਸ਼ ਸਿੰਘ ਕਾਂਗਰਸ ਪਾਰਟੀ 'ਚ ਹੈ, ਗੁਰਕੀਰਤ ਸਿੰਘ ਕੋਟਲੀ ਕਾਂਗਰਸ ਪਾਰਟੀ 'ਚ ਹੈ। ਮੈਂ ਹਰ ਵਾਰੀ ਜਿਹੜੇ ਜਾਣ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਜਾ ਰਹੇ, ਕਿ ਯਾਰ ਇਹ ਗੱਲ ਨਾ ਕਰੋ, ਜਿਸ ਪਾਰਟੀ ਨੇ ਜਿਸ ਥਾਲੀ 'ਚ ਖਾਧਾ ਉਹਦੇ ਛੇਦ ਨਾ ਕਰੋ। ਤੁਸੀਂ ਇਹ ਕਹੋ ਕਿ ਯਾਰ ਸਾਨੂੰ ਨਵੀਂ ਪਾਰਟੀ ਦੇ ਵਿੱਚ ਨਵੀਂ ਉਮੀਦ ਮਿਲੀ ਹੈ, ਸ਼ਾਇਦ ਉੱਥੇ ਸਾਡਾ ਫਿਊਚਰ ਜ਼ਿਆਦਾ ਵਧੀਆ ਹੋਵੇ, ਅਸੀਂ ਧੰਨਵਾਦੀ ਹਾਂ ਕਾਂਗਰਸ ਪਾਰਟੀ ਦੇ, ਅਤੇ ਹੁਣ ਅਸੀਂ ਨਵੀਂ ਪਾਰਟੀ ਜਾ ਰਹੇ ਹਾਂ। ਰਾਦਰ ਦੈਨ ਇੱਥੇ ਚਾਰ ਚਾਰ MLA ਛੱਡ ਕੇ ਗਏ, ਤੂੰ ਕੌਂਸਲਰਾਂ ਨੂੰ ਰੋ ਰਿਹਾ? ਉਹ ਮੇਰੀ ਬੇਨਤੀ ਹੈ, ਸੁਣੋ, ਦੇਖੋ ਕਾਂਗਰਸ ਦਾ ਕੋਈ ਕੌਂਸਲਰ ਚਲਾ ਗਿਆ, ਉਹਨੂੰ ਮੁਬਾਰਕਬਾਦ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਪਰ ਮੈਨੂੰ ਜਿਹੜੀ ਇਨਫੋਰਮੇਸ਼ਨ ਹੈ ਕਿ ਸਾਡੇ ਨਾਲ ਉਹ ਪਹਿਲਾਂ ਹੀ ਨਹੀਂ ਸੀ। ਇਹ ਉਹਨਾਂ ਨੂੰ ਪੁੱਛ ਲਓ, ਵੇਖੋ ਚਲੋ ਕੋਈ ਗੱਲ ਨਹੀਂ, ਬਿੱਟੂ ਜੀ ਦੀ ਹਰ ਗੱਲ ਦਾ ਮੈਂ ਜਵਾਬ ਨਹੀਂ ਦੇਣਾ। ਨਵਾਂ ਕੋਈ ਤੁਹਾਡੇ ਕੋਲ ਸਵਾਲ ਹੈ ਤਾਂ ਦੱਸੋ। ਡੇਲੀ ਸਵੇਰ 5:30 ਵਜੇ ਉੱਠ ਕੇ ਸਾਰੇ ਉਮੀਦਵਾਰਾਂ ਨਾਲ ਗੱਲ ਕਰਦੇ, ਔਰ ਇੱਥੇ ਹੀ ਨਹੀਂ ਗੱਲਾਂ, ਇੱਥੋਂ ਸਮਾਂ ਕੱਢ ਕੇ GSO ਸਾਹਿਬ ਬੈਠੇ ਆ, ਪ੍ਰੋਗਰਾਮ ਬਣਾਉਣਗੇ, ਸਾਰੀਆਂ ਸੀਟਾਂ 'ਤੇ ਜਾਊਂਗਾ। ਇਹ ਤਾਂ ਛੋਟਾ ਜਿਹਾ ਕੰਮ ਹੈ, ਗੱਲ ਵਫਾਦਾਰੀ ਦੀ ਹੈ, ਗੱਲ ਵਫਾਦਾਰੀ ਅਤੇ ਗਦਾਰੀ ਦੀ ਹੈ। ਸੋ ਮੈਨੂੰ ਲੱਗਦਾ ਕਿ ਮੈਂ ਇੱਕ ਏਜੰਡੇ ਦੇ ਨਾਲ ਇੱਥੇ ਆਇਆ, ਇਹ IPL ਮੈਚ ਦੀ ਤਰ੍ਹਾਂ ਹੈ, ਇਹ ਜਿਹੜਾ ਇਹ ਚੁਣਾਵ ਹੈ, ਇਟਸ ਲਾਈਕ IPL ਮੈਚ 2020, ਕਿ ਕਿੰਨੇ ਛਿੱਕੇ ਮਾਰਦੇ ਹੋ 30 ਦਿਨਾਂ 'ਚ, ਅੱਜ ਪਹਿਲਾ ਮਾਰਿਆ, ਰਾਤ ਨੂੰ ਨੀਂਦ ਨਹੀਂ ਆਉਣੀ। ਚਾਹੇ ਮੁੱਖ ਮੰਤਰੀ ਸਾਹਿਬ ਹੈ ਜਿਨ੍ਹਾਂ ਨੇ ਪੱਪੀ ਪਰਾਸ਼ਰ ਨੂੰ ਗਿਫਟ 'ਚ ਦਿੱਤਾ, ਪੱਪੂ ਜੀ ਨੂੰ, ਬਿੱਟੂ ਜੀ ਨੂੰ, ਅਤੇ ਚਾਹੇ ਮੇਰਾ ਭਰਾ ਬਿੱਟੂ ਹੈ, ਦੋਵੇਂ ਮੇਰੇ ਭਰਾ ਹੈ। ਇਹ 2020 ਮੈਂ ਕਿਉਂ ਕਿਹਾ IPL? IPL ਆਈ ਮਤਲਬ ਹਿੰਦੁਸਤਾਨ, ਇੰਡੀਆ। ਮੈਂ ਇੰਡੀਆ ਦੀ ਗੱਲ ਕਿਉਂ ਕਰ ਰਿਹਾ? ਅੱਜ ਦੇਸ਼ ਦੀ ਡੈਮੋਕ੍ਰੇਸੀ ਬਚਾਉਣੀ ਹੈ, ਹਿੰਦੁਸਤਾਨ ਨੂੰ ਬਚਾਉਣਾ, ਬਾਬਾ ਸਾਹਿਬ ਦੇ, ਅੰਬੇਦਕਰ ਦੇ ਸੰਵਿਧਾਨ ਨੂੰ ਬਚਾਉਣਾ। ਇਸ ਕਰਕੇ ਮੈਂ IPL ਕਿਹਾ। ਆਈ ਦਾ ਮਤਲਬ ਇਹ, ਪੀ ਦਾ ਮਤਲਬ ਰਾਜਨੀਤੀ 'ਚ, ਜਿਹੜਾ ਮੈਂ ਅੱਜ IPL ਦਾ ਨਾਰਾ ਦੇ ਚੱਲੇ, ਪਰਸਨ ਕਰੈਕਟਰ, ਵਿਅਕਤੀ ਦਾ ਕਰੈਕਟਰ ਕੀ ਹੈ,
ਇਸ ਚੋਣਾਂ ਨੇ ਇਹ ਵੀ ਸਿੱਧ ਕਰਨਾ ਹੈ ਜਿਸ ਵਿਅਕਤੀ ਦਾ ਕਰੈਕਟਰ ਨਹੀਂ ਹੈ ਉਹਨੂੰ ਲੋਕ ਵੋਟ ਨਹੀਂ ਪਾਉਣਗੇ। ਕਰੈਕਟਰ ਮੈਂ ਕੋਈ ਹੋਰ ਨਹੀਂ ਕਹਿ ਰਿਹਾ ਜਿਹਦਾ ਐਥਿਕਸ ਨਹੀਂ, ਜਿਹੜਾ ਔਖੇ ਵੇਲੇ ਪਾਰਟੀ ਨੂੰ ਛੱਡ ਜਾਵੇ, ਜਿਹਨੂੰ ਸਭ ਕੁਛ ਦਿੱਤਾ ਹੋਵੇ ਧੋਖਾ ਦੇ ਜੇ, ਇਹਨੇ ਉਹ ਵੀ ਐਲ ਐਲ ਮਤਲਬ ਲੁਧਿਆਣਾ, ਲੁਧਿਆਣਾ ਰਾਜੇ ਵੜਿੰਗ ਦੇ ਦਿਲ 'ਚ ਹੈ। ਰਾਜਾ ਵੜਿੰਗ ਚਾਹੁੰਦਾ ਹੈ ਕਿ ਲੁਧਿਆਣਾ ਮੈਨਚੈਸਟਰ ਦੀ ਤਰ੍ਹਾਂ ਦੇਸ਼ ਦੇ ਅੰਦਰ ਨਾਮ ਰੌਸ਼ਨ ਹੋਵੇ ਅਤੇ ਸਾਰੀ ਦੁਨੀਆ 'ਚ ਲੁਧਿਆਣੇ ਦੀ ਲੋਕ ਗੱਲਾਂ ਕਰਨ। ਪੁਆਇੰਟ ਨੰਬਰ 1, ਇੱਥੋਂ ਦੀ ਇੰਡਸਟਰੀ ਦੀ ਗੱਲ ਹੋਵੇ। ਅੱਜ ਇੰਡਸਟਰੀ ਜਬਲਪੁਰ ਜਾ ਰਹੀ ਹੈ, ਅੱਜ ਇੰਡਸਟਰੀ ਲਖਨਊ ਜਾ ਰਹੀ ਹੈ। ਹੁਕਮਰਾਨ ਸਰਕਾਰ ਨੇ ਇੰਡਸਟਰੀ ਦੇ ਬਾਰੇ ਕੁਝ ਨਹੀਂ ਸੋਚਿਆ, ਜੰਮੂ ਜਾ ਰਹੀ ਹੈ। ਇੰਡਸਟਰੀ ਲਿਸਟ ਵਿਚਾਰੇ ਤੰਗ ਪਰੇਸ਼ਾਨ ਨੇ, ਇੱਕ ਵਿੰਡੋ ਸਿਸਟਮ ਨਹੀਂ ਹੈ। ਅੱਜ ਵੀ ਇੰਸਪੈਕਟਰੀ ਰਾਜ ਹੈ, ਚੀਕਾਂ ਮਾਰ ਰਹੇ ਇੰਡਸਟਰੀ ਵਾਲੇ, ਲੁਧਿਆਣੇ ਦੀ ਇੰਡਸਟਰੀ ਵਾਲੇ। ਉਹਨਾਂ ਨੂੰ ਐਸਾ ਸਾਨੂੰ ਕੋਈ ਵਾਤਾਵਰਨ ਬਣਾ ਕੇ ਦੇਣਾ ਪਏਗਾ ਤਾਂ ਜੋ ਇੰਡਸਟਰੀ ਪੰਜਾਬ 'ਚੋਂ ਸ਼ਿਫਟ ਨਾ ਹੋਵੇ। ਅਗਰ ਇੰਡਸਟਰੀ ਸ਼ਿਫਟ ਹੋ ਜਾਏਗੀ ਫਿਰ ਮੈਨਚੈਸਟਰ ਨਹੀਂ ਰਹੇਗਾ ਲੁਧਿਆਣਾ। ਇਹਦੇ ਬਾਰੇ ਕਿਸੇ ਨੇ ਤਵੱਜੋ ਨਹੀਂ ਦਿੱਤਾ। ਮਗਰਲੀ 10 ਸਾਲ ਬਿੱਟੂ ਜੀ ਰਹੇ, ਇੱਕ ਵਾਰ ਲੋਕ ਸਭਾ 'ਚ ਲੁਧਿਆਣੇ ਦੀ ਇੰਡਸਟਰੀ ਦੀ ਗੱਲ ਨਹੀਂ ਕੀਤੀ। ਔਰ ਪੰਜਾਬ ਸਰਕਾਰ ਨੂੰ ਬਣੀ ਨੂੰ 2 ਸਾਲ ਹੋ ਗਏ, ਆਦਰਣੀ ਮੁੱਖ ਮੰਤਰੀ ਪੰਜਾਬ ਕੇਵਲ ਸੁੱਤੇ ਪਏ ਹੈ। ਇੰਡਸਟਰੀ ਪਾਲਿਸੀ ਕੋਈ ਨਹੀਂ ਲੈ ਕੇ ਆਏ। ਲੋਕ NOC ਪਿੱਛੇ ਬੜੇ ਦੁਖੀ ਹੈ। ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ, ਡਰ ਲੱਗ ਰਿਹਾ ਲੁਧਿਆਣਾ ਦੇ ਲੋਕਾਂ ਨੂੰ। ਸੋ ਮਾਨ ਸਾਹਿਬ, ਜਿਹੜਾ ਤੁਹਾਡਾ ਸੁਪਨਾ ਹੈ 013 ਦਾ, 13-0 ਦਾ, ਉਹ ਜ਼ਰੂਰ ਪੂਰਾ ਕਰਾਂਗੇ। ਇੱਦਾਂ ਕੰਮ ਨਹੀਂ ਚੱਲਣਾ। ਸੋ ਇਹ ਤਮਾਮ ਸਾਰੀਆਂ ਚੀਜ਼ਾਂ, ਆਈ ਹੈਵ ਅ ਵਿਜ਼ਨ। ਉਹ ਅਸੀਂ ਇੱਕ ਵਿਜ਼ਨ ਜਿਹੜਾ ਡਾਕੂਮੈਂਟ ਹੈ ਆਉਣ ਵਾਲੇ ਸਮੇਂ ਦੇ ਵਿੱਚ, ਉਹ ਵੀ ਅਸੀਂ ਲੁਧਿਆਣਾ ਦੇ ਲੋਕਾਂ ਦੇ ਸਨਮੁੱਖ ਰੱਖਾਂਗੇ। ਅੱਜ ਪਹਿਲੀ ਫੇਰੀ ਹੈ। ਰਾਜੇ ਵੜਿੰਗ ਨੇ 5 ਦਿਨਾਂ 'ਚ ਲੁਧਿਆਣੇ ਦੇ ਲੋਕਾਂ ਦੇ ਟੈਲੀਫੋਨ ਚੱਕੇ ਸਾਰੇ। ਜੇ ਬਿੱਟੂ ਨੇ, ਬਿੱਟੂ ਦਾ ਵੀ ਰਿਕਾਰਡ ਕੱਢ ਲਓ, ਜੇ 5 ਸਾਲਾਂ 'ਚ ਚੱਕੇ ਹੋਣ ਤਾਂ ਮੈਂ ਇੱਥੋਂ ਚੁਣਾਵ ਹੀ ਨਹੀਂ ਲੜਦਾ। 5 ਸਾਲਾਂ 'ਚ 5 ਦਿਨਾਂ ਦਾ ਰਿਕਾਰਡ ਟੈਲੀਫੋਨ ਚੱਕਣ ਦਾ। ਯਾਰ, ਬੰਦਾ ਮਰ ਜੇ, ਖੱਪ ਜੇ ਤਾਂ ਤੁਸੀਂ ਉਹਦਾ ਫੋਨ ਹੀ ਨਹੀਂ ਚੱਕੋਗੇ। ਸੋ ਹਜੇ ਤਾਂ ਸ਼ੁਰੂਆਤ ਹੈ। ਤੁਹਾਡਾ ਸਭ ਦਾ ਧੰਨਵਾਦ। ਆਖਿਰ ਵਿੱਚ ਇੱਕ ਹੀ ਗੱਲ ਕਹਿਣਾ ਚਾਹੁੰਦਾ, ਕਿਸੇ ਨੇ ਲਿਖਿਆ, ਹੋ ਜਿਸ ਕੇ ਪਾਓ ਮੇ ਤਾਕਤ, ਮੇਰਾ ਸੁਨੇਹਾ ਦੇ ਦਿਓ ਜੋ, ਖਾਸ ਕਰਕੇ ਭਗਵੰਤ ਮਾਨ ਜੀ ਨੂੰ ਅਤੇ ਬਿੱਟੂ ਜੀ ਨੂੰ। ਹੋ ਜਿਸ ਕੇ ਪਾਓ ਮੇ ਤਾਕਤ, ਵੋ ਚਲ ਕੇ ਰਹਿਤਾ ਹੈ। ਹੋ ਜਿਸ ਕੇ ਪਾਓ ਮੇ ਤਾਕਤ, ਵੋ ਚਲ ਕੇ ਰਹਿਤਾ ਹੈ। ਜਮਾਨਾ ਲਾਹ ਕੇ ਰਾਏ, ਵੋ ਸੰਭਲ ਕੇ ਰਹਿਤਾ ਹੈ। ਹੋ ਜਿਸ ਚਿਰਾਗ ਮੇ ਤਾਕਤ ਉਜਾਲਾ ਕਰਨੇ ਕੀ, ਦੁਨੀਆ ਲਾਖ ਬੁਝਾਏ, ਵੋ ਜਲ ਕੇ ਰਹਿਤਾ ਹੈ, ਵੋ ਜਲ ਕੇ ਰਹਿਤਾ ਹੈ। ਥੈਂਕ ਯੂ, ਧੰਨਵਾਦ। ਮੁਕਾਬਲਾ, ਕਿਆ ਸਵਾਲ ਕੀਤਾ ਮਹਾਰਾਜ, ਕੀ ਨਾਮ ਹੈ ਤੁਹਾਡਾ? ਤੁਹਾਨੂੰ ਲੱਗਦਾ ਕਿਸੇ ਨਾਲ ਮੁਕਾਬਲਾ ਰਹੇਗਾ ਅੱਜ ਦੇ ਸ਼ੋਅ ਤੋਂ ਬਾਅਦ? ਮੈਂ ਕੀ ਕਹਿ ਰਿਹਾ, ਤੁਹਾਨੂੰ ਲੱਗ ਰਿਹਾ ਹੈ? ਮੇਰਾ ਭਰਾ ਹੁਣ ਅਚਨ ਚ 10 ਸਾਲਾਂ ਬਾਅਦ ਯਾਦ ਕਿਉਂ ਆਇਆ ਕਿ ਰਾਜਾ ਵੜਿੰਗ ਐਗਰੀਮੈਂਟ ਕੇ ਭਰ ਕੇ ਪੈਸੇ? ਇਹਦੀ ਨਿਸ਼ਾਨੀ ਇਹ ਹੈ, ਸੁਣੋ, ਮੈਂ ਕਿਸੇ ਤੋਂ ਕੋਈ, ਹੋ ਸਕਦਾ ਇਹ ਹੋਵੇ 3 ਵਾਰੀ ਰਾਜਾ ਵੜਿੰਗ ਗਿੱਦੜਵੇ ਤੋਂ ਜਿੱਤ ਗਿਆ,
ਘਰ ਵੀ ਲਿਆ ਹੋਣਾ, ਐਗਰੀਮੈਂਟ ਵੀ ਕਿਸੇ ਨਾਲ ਕੀਤਾ ਹੋਣਾ। ਇਹ ਲੋਕਾਂ ਨੇ ਮੋਹਰ ਲਾਈ ਜਦੋਂ ਸਾਰਾ ਪੰਜਾਬ ਹਾਰ ਗਿਆ ਅਤੇ ਰਾਜਾ ਵੜਿੰਗ ਜਿੱਤਿਆ। ਕੋਈ ਨਾ ਕੋਈ ਤਾਂ ਰਾਜੇ ਵੜਿੰਗ 'ਚ ਖਾਸੀਅਤ ਹੋਊਗੀ ਮਿੱਤਰਾ। ਕਦੇ ਕਹਿੰਦੇ ਯਾਰ ਕੁਰਸੀਆਂ, ਰਾਜਾ ਛੁੱਟੀਆਂ ਕੱਟਣ ਆਇਆ ਹੈ, ਰਾਜਾ ਪੈਸੇ ਲੈਣ ਆਇਆ। ਇਹਦਾ ਮਤਲਬ 10 ਸਾਲਾਂ ਦਾ ਤੂੰ ਛੁੱਟੀਆਂ ਕੱਟੀ ਗਿਆ ਅਨੰਦਪੁਰ ਸਾਹਿਬ ਤੋਂ ਆ ਕੇ। ਸੋ ਮੈਨੂੰ ਸੱਚੇ ਪਾਤਸ਼ਾਹ ਨੇ ਬੜੀ ਅਪਾਰ ਕਿਰਪਾ ਕੀਤੀ ਹੈ। ਮੈਂ ਬਿੱਟੂ ਜੀ ਬਾਰੇ ਕਿਸੇ ਉੱਤੇ ਮੈਂ ਆਲਰੇਡੀ ਆਪਦੇ ਦਿਮਾਗ 'ਚ ਗੱਲ ਬਿਠਾਈ ਹੈ। ਕਈ ਮੈਨੂੰ ਲੋਕ ਕਹਿੰਦੇ ਸੀ ਫਲਾਨਾ ਡਰ ਗਿਆ ਫਲਾਂ, ਮੈਂ ਕਿਹਾ ਪੋਲੀਟੀਕਲ ਬੰਦਿਆਂ ਨੂੰ ਤਲੀਮ ਅਤੇ ਤਹਿਜ਼ੀਬ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ। ਮਿਆਰ ਤੋਂ ਗਿਰ ਕੇ ਸਵਾਲ ਨਹੀਂ ਕਰਨੇ ਚਾਹੀਦੇ। ਸੋ ਕੋਈ ਗੱਲ ਨਹੀਂ, ਜਦੋਂ ਕਿਸੇ ਨਾਲ ਮੈਂ ਐਗਰੀਮੈਂਟ ਕਰਕੇ ਭੱਜੂੰਗਾ ਜਾਂ ਮੁੜਨਾ ਨਹੀਂ, ਉਦੋਂ ਪੱਤਰਕਾਰ ਕਾਹਦੇ ਵਾਸਤੇ ਹੈ? ਤੁਸੀਂ ਇੱਥੇ ਵੀ ਇਹ ਹੋਇਆ, ਐਗਰੀਮੈਂਟ ਕਿਸੇ ਨਾਲ ਫੱਟੇ ਚੱਕ ਦਿੰਦੇ ਹੋ ਤੁਸੀਂ, ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾ। ਅਤੇ ਹੁਣੇ ਮੈਂ ਚੁਣਾਵ ਲੜਦਾ, ਕੋਈ ਨਾ ਕੋਈ ਚਿੱਠੀ ਕੱਢ ਹੀ ਦੇਊਗਾ ਵੀ ਰਾਜੇ ਦਾ ਫਲਾਣੇ ਨਾਲ ਐਗਰੀਮੈਂਟ ਸੀ, ਉਹਨੇ ਸਾਡਾ ਦਿੱਤਾ ਜੀ। ਚਲੋ ਮੈਂ ਕੁਝ ਨਹੀਂ ਕਹਿੰਦਾ। ਮੇਰੇ ਨਿਓ ਰਵਨੀਤ ਸਿੰਘ ਬਿੱਟੂ ਚੜ੍ਹਦੀ ਕਲਾ 'ਚ ਰਵੇ, ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ, ਲੰਮੀਆਂ ਉਮਰਾਂ ਬਖਸ਼ੇ। ਸਰਦਾਰ ਬੇਅੰਤ ਸਿੰਘ ਦਾ ਪੋਤਾ, ਜਿਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਉਸੇ ਉਹਨਾਂ ਤੋਂ ਸਾਰਾ ਕੁਝ ਮਾਣਿਆ, ਉਹ ਮੈਨੂੰ ਕੁਝ ਸਵਾਲ ਨਾ ਕਰੇ, ਉਹ ਚੜ੍ਹਦੀ ਕਲਾ 'ਚ ਰਵੇ, ਉਹ ਜੋ ਕਹਿਣਾ ਉਹ ਕਵੇ। ਯਾਰ ਕੋਈ ਗੱਲ ਕਿਸੇ ਨੇ, ਮੈਨੂੰ ਲੱਗਦਾ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ। ਤੁਹਾਡਾ ਇੱਕ ਪਰਿਵਾਰ, ਤੁਸੀਂ ਇਕੱਲੇ ਤਾਂ ਸਰਦਾਰ ਬੇਅੰਤ ਸਿੰਘ ਦੇ ਪੋਤੇ ਦੇ ਨਹੀਂ ਹੋ। ਸਰਦਾਰ ਬੇਅੰਤ ਸਿੰਘ ਦਾ, ਬੇਅੰਤ ਸਿੰਘ ਦੇ ਬੇਟੇ ਸਰਦਾਰ ਤੇਜ ਪ੍ਰਕਾਸ਼ ਸਿੰਘ ਕਾਂਗਰਸ ਪਾਰਟੀ 'ਚ ਹੈ, ਗੁਰਕੀਰਤ ਸਿੰਘ ਕੋਟਲੀ ਕਾਂਗਰਸ ਪਾਰਟੀ 'ਚ ਹੈ। ਮੈਂ ਹਰ ਵਾਰੀ ਜਿਹੜੇ ਜਾਣ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਜਾ ਰਹੇ, ਕਿ ਯਾਰ ਇਹ ਗੱਲ ਨਾ ਕਰੋ, ਜਿਸ ਪਾਰਟੀ ਨੇ ਜਿਸ ਥਾਲੀ 'ਚ ਖਾਧਾ ਉਹਦੇ ਛੇਦ ਨਾ ਕਰੋ। ਤੁਸੀਂ ਇਹ ਕਹੋ ਕਿ ਯਾਰ ਸਾਨੂੰ ਨਵੀਂ ਪਾਰਟੀ ਦੇ ਵਿੱਚ ਨਵੀਂ ਉਮੀਦ ਮਿਲੀ ਹੈ, ਸ਼ਾਇਦ ਉੱਥੇ ਸਾਡਾ ਫਿਊਚਰ ਜ਼ਿਆਦਾ ਵਧੀਆ ਹੋਵੇ। ਅਸੀਂ ਧੰਨਵਾਦੀ ਹਾਂ ਕਾਂਗਰਸ ਪਾਰਟੀ ਦੇ, ਅਤੇ ਹੁਣ ਅਸੀਂ ਨਵੀਂ ਪਾਰਟੀ ਜਾ ਰਹੇ ਹਾਂ ਰਾਦਰ ਦੈਨ। ਇੱਥੇ 4-4 MLA ਛੱਡ ਕੇ ਗਏ, ਤੂੰ ਕੌਂਸਲਰਾਂ ਨੂੰ ਰੋ ਰਿਹਾ? ਉਹ ਮੇਰੀ ਬੇਨਤੀ ਹੈ, ਸੁਣੋ, ਦੇਖੋ ਕਾਂਗਰਸ ਦਾ ਕੋਈ ਕੌਂਸਲਰ ਚਲਾ ਗਿਆ, ਉਹਨੂੰ ਮੁਬਾਰਕਬਾਦ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਪਰ ਮੈਨੂੰ ਜਿਹੜੀ ਇਨਫੋਰਮੇਸ਼ਨ ਹੈ ਕਿ ਸਾਡੇ ਨਾਲ ਉਹ ਪਹਿਲਾਂ ਹੀ ਨਹੀਂ ਸੀ। ਇਹ ਉਹਨਾਂ ਨੂੰ ਪੁੱਛ ਲਓ, ਵੇਖੋ ਚਲੋ ਕੋਈ ਗੱਲ ਨਹੀਂ, ਬਿੱਟੂ ਜੀ ਦੀ ਹਰ ਗੱਲ ਦਾ ਮੈਂ ਜਵਾਬ ਨਹੀਂ ਦੇਣਾ। ਨਵਾਂ ਕੋਈ ਤੁਹਾਡੇ ਕੋਲ ਸਵਾਲ ਹੈ ਤਾਂ ਦੱਸੋ। ਡੇਲੀ ਸਵੇਰ 5:30 ਉੱਠ ਕੇ ਸਾਰੇ ਉਮੀਦਵਾਰਾਂ ਨਾਲ ਗੱਲ ਕਰਦਾ, ਔਰ ਇੱਥੇ ਹੀ ਨਹੀਂ ਗੱਲਾਂ, ਇੱਥੋਂ ਸਮਾਂ ਕੱਢ ਕੇ ਜੀ ਐਸ ਓ ਸਾਹਿਬ ਬੈਠੇ ਆ, ਪ੍ਰੋਗਰਾਮ ਬਣਾਉਣਗੇ, ਸਾਰੀਆਂ ਸੀਟਾਂ 'ਤੇ ਜਾਊਂਗਾ। ਇਹ ਤਾਂ ਛੋਟਾ ਜਿਹਾ ਕੰਮ ਹੈ।